ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੀ ਹੋਣਾ ਕਿ ਪੀ ਵੀ ਡਬਲਯੂ 826 ਬਾਰੇ ਕਾਫੀ ਸਾਰਾ ਆਪਾਂ ਕਹਿੰਦੇ ਸੋਸ਼ਲ ਮੀਡੀਆ ਦੇ ਵਿੱਚ ਰੌਲਾ ਰੱਪਾ ਚੱਲ ਰਿਹਾ ਕਿ ਯਾਰ ਇਹ ਹੀ ਵੈਰੈਟੀ ਬਿਲਕੁਲ ਖਰਾਬ ਹੈ ਇਹਨੂੰ ਪੀਲੇ ਕੁੰਗੀ ਆਉਂਦੀਆਂ ਇਹਨੂੰ ਬਿਮਾਰੀਆਂ ਜ਼ਿਆਦਾ ਪੈਂਦੀਆਂ ਨੇ ਕਹਿੰਦੇ ਆਪਾਂ ਕਿ ਜਿਹੜੀ ਵੈਰੈਟੀ ਆ ਲਗਭਗ ਉਹਦੇ ਨੈਗੇਟਿਵ ਆਉਣ ਲੱਗ ਗਏ ਰਿਜ਼ਲਟ ਨੇ ਜਿਹੜੇ ਕੀ ਗੱਲਬਾਤ ਹੈ ਕਿਸ ਤਰੀਕੇ ਦੇ ਨਾਲ ਆਪਾਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਆ ਆਪਾਂ ਉਹਦੇ ਬਾਰੇ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿਸਾਨ ਵੀਰੋ ਜੇਕਰ YouTube ਤੇ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਜੇਕਰ Facebook ਪੇਜ ਤੇ ਦੇਖ ਰਹੇ ਹੋ ਤਾਂ Facebook ਪੇਜ ਜ਼ਰੂਰ ਫੋਲੋ ਕਰ ਲਓ ਭਾਵੇਂ ਕਿ ਕਿਸਾਨ ਵੀਰੋ ਆਪਾਂ ਨੇ ਇੱਕ ਵੀ ਵੀਡੀਓ ਪੀਬੀਡਬਲ 826 ਬਾਰੇ ਇਸ ਤਰੀਕੇ ਦੀ ਨਹੀਂ ਪਾਈ ਕਿ ਉਸ ਬੀਜ ਦੀ ਪ੍ਰੋਮੋਸ਼ਨ ਹੋਵੇ ਉਹਦਾ ਕਾਰਨ ਕਿਉਂ ਉਹਦਾ ਕਾਰਨ ਇਹ ਸੀ ਕਿ ਆਪਾਂ ਨੇ ਨਾਲ 4 ਕਿਸਾਨ ਵੀਰ ਜੁੜੇ ਸੀ ਜਿਸ ਸਾਲ ਪਹਿਲੇ ਸਾਲ ਪਿਛਲੇ ਸਾਲ ਆਪਾਂ ਕਹਿੰਦੀਏ ਥੋੜਾ ਥੋੜਾ ਬੀਜ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਦਿੱਤਾ ਗਿਆ ਸੀਗਾ ਕਿ ਬੀਜ ਆਪਣੇ ਖੇਤ ਦੇ ਵਿੱਚ ਬੀਜ ਕੇ ਉਹ ਧਰਤੀ ਦੇ ਵਿੱਚ ਆਪਾਂ ਕਹਿੰਦੇ ਕਿ ਧਰਤੀ ਉਹਨੂੰ ਮੰਨਦੀ ਆ ਜਾਂ ਨਾ ਤੇ ਉਹਦਾ ਝਾੜ ਦੇਖ ਕੇ ਅਗਲੇ ਸਾਲ ਵਾਸਤੇ ਬੀਜ ਤਿਆਰ ਕਰ ਲੈਣ ਤੇ ਨਾਲ ਲੱਗਦੇ ਉਹਦੇ ਸਾਥੀਆਂ ਨੂੰ ਦੇ ਦੇਣ ਸੋ ਇਹੀ ਕਾਰਨ ਹੁੰਦੇ ਨੇ ਥੋੜਾ ਬੀਜ ਦੇਣ ਦੇ ਉਸ ਤੋਂ ਬਾਅਦ ਆਪਣੇ ਵੱਡੇ ਰਕਬੇ ਦੇ ਵਿੱਚ ਕਿਸਾਨਾਂ ਨੇ ਲਾਉਣਾ ਹੁੰਦਾ ਪਰ ਇਸ ਵਾਰ ਬਹੁਤ ਸਾਰੇ ਕਿਸਾਨ ਵੀਰਾਂ ਨੇ ਜਾ ਤਾਂ ਬਾਹਰੋਂ ਬੀਜ ਲੇਤਾ ਜਾਂ ਯੂਨੀਵਰਸਿਟੀ ਤੋਂ ਲੇਤਾ ਉਹ ਵਾਦੀ ਗੱਲ ਆ ਕਿ ਬਹੁਤ ਸਾਰੇ ਵੀਰਾਂ ਨੂੰ ਪੀ ਵੀ ਡਬਲਿਊ 800 ਸਬ ਵੀਰਾਂ ਕਰੇਜ ਇੰਨਾ ਸੀ ਬਾਜ਼ਾਰ ਦੇ ਵਿੱਚ ਕਿ ਆਪਾਂ ਕ ਆਪਾਂ ਇਹ ਗੱਲ ਤੋਂ ਵੀ ਇਨਕਾਰ ਨਹੀਂ ਕਰ ਸਕਦੇ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਆਪਣੇ ਕੀ ਕੁਝ ਚੱਲ ਰਿਹਾ ਹੁੰਦਾ ਬੀਜਾਂ ਦੇ ਵਿੱਚ ਲਗਭਗ ਸਾਰਿਆਂ ਤੋਂ ਵੱਧ ਮਾਰਾ ਮਾਰੀ ਚਲਦੀ ਹੈ ਜਦੋਂ ਕਿ ਆਪਾਂ ਅਕਸਰ ਇਹ ਕਹਿੰਦੇ ਹੁੰਨਾ ਕਿ ਆਪਾਂ ਪਿਛਲੇ ਸਮੇਂ 'ਚ ਵੀ ਖੇਤੀ ਕਰਦੇ ਸੀ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਹੁਣ ਵੀ ਕਰਦੇ ਆਂ ਤੇ ਅਗਲੇ ਸਾਲਾਂ ਦੇ ਵਿੱਚ ਵੀ ਕਰਦੇ ਰਹਾਂਗੇ ਸੋ ਇਹਦੇ ਨਾਲ 1 ਸਾਲ ਦੇ ਵਿੱਚ ਹੀ ਆਪਾਂ ਇਸ ਸਾਲ ਬੀਜ ਕੇ ਇਹ ਨਹੀਂ ਹੈਗਾ ਕਿ ਆਪਾਂ 1 ਸਾਲ ਦੇ ਵਿੱਚ ਨਾ ਹੀ ਕੋਈ ਬੀਜ ਆਪਾਂ ਨੂੰ 10 ਮਾਟਰ ਦਾ ਖਿਚਾੜ ਵਧਾ ਸਕਦਾ ਸੋ ਆਪਾਂ ਪਹਿਲਾ ਨੰਬਰ ਦਾ ਕਿਸਾਨ ਵੀਰ ਆਪਾਂ ਕਿਸਾਨਾਂ ਦੀ ਗੱਲ ਬਾਤ ਚ ਕਰਾਂਗੇ ਪਹਿਲਾ ਨੰਬਰ ਤਾਂ ਜਿਹੜੇ ਚਾਰ ਆਪਣੇ ਨਾਲ ਜੁੜੇ ਹੋਏ ਵੀਰ ਸੀਗੇ ਜਿਨ੍ਹਾਂ ਨੇ ਬੀਜ ਲੈਣਾ ਚ ਲੱਗ ਕੇ ਲੈਤਾ ਸੀਗਾ ਉਹਨਾਂ ਬਾਰੇ ਪਰ ਉਸ ਤੋਂ ਪਹਿਲਾਂ ਆਪਾਂ ਲਾਰੂ ਨਾ ਹੋਇਆ ਕਰੀਏ ਕਿਸੇ ਵੀ ਨਵੇਂ ਬੀਜ ਨੂੰ ਇਹ ਵਾਰੀ ਵਾਰੀ ਕਹਿੰਦੀ ਹੈ ਗੱਲ ਥੋੜਾ ਜਿਹਾ ਬੀਜ ਜਿਹੜਾ ਕਿਤੇੋਂ ਮਿਲਦਾ ਤਾਂ ਤਾਂ ਠੀਕ ਹੈ ਉਹਦਾ ਲੈਣਾ ਚ ਲੱਗ ਲੱਗ ਕੇ ਧੁੱਪੇ ਖੜ ਖੜ ਕੇ ਆਪਾਂ ਨੂੰ ਇੰਨਾ ਜ਼ਿਆਦਾ ਬੀਜ ਪ੍ਰਾਪਤ ਕਰਕੇ ਆਪਾਂ ਕਹਿੰਦੇ ਇੰਨੀ ਖੇਚ ਨਾਲ ਬੀਜ ਕੇ ਆਪਾਂ ਨੂੰ ਜਦੋਂ ਕੁਝ ਵੀ ਨਹੀਂ ਨਿਕਲਦਾ ਤਾਂ ਫਿਰ ਉਹ ਨਿਰਾਸ਼ੀ ਵੱੱਲੇ ਪੈਂਦੀ ਹੈ ਹੁਣ ਜੇ ਉਹ ਕਿਸਾਨਾਂ ਦੀ ਗੱਲਬਾਤ ਕਰੀਏ ਕਿਸਾਨ ਵੀਰੋ ਜਿਹੜੇ ਆਪਣੇ ਨਾਲ ਜੁੜੇ ਹੋਏ ਸੀ ਪਿਛਲੇ ਸਾਲ ਚਾਰ ਕਿਸਾਨ ਵੀਰ ਸੀ ਜਿਨ੍ਹਾਂ ਨੇ ਪੀਡਬਲ 822 ਬੀਜ ਪੀਜਿਆ ਸੀ ਥੋੜਾ ਥੋੜਾ ਬੀਜਿਆ ਸੀ ਲੈਣਾ ਚ ਲੱਗ ਕੇ ਲੈਤਾ ਸੀ ਬਹੁਤ ਬਹੁਤ ਸਾਰੀ ਮਿਹਨਤ ਕੀਤੀ ਸੀ ਉਹਨਾਂ ਨੇ ਕਿੰਨਾ ਟਾਈਮ ਵੇਸਟ ਕੀਤਾ ਸੀ ਪਰ ਉਹਨਾਂ ਦੇ ਕੀ ਨਿਕਲਿਆ ਝਾੜ ਦੇ ਵਿੱਚ ਸੇਵਾ ਸੀ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਕੀਤੀ ਬਜਾਈ ਤੋਂ ਹੀ ਸ਼ੁਰੂ ਹੋ ਗਿਆ ਸੀ ਕੰਮ ਤਿੰਨ ਕਿਸਾਨ ਵੀਰਾਂ ਨੂੰ ਛੱਡ ਕੇ ਇੱਕ ਵੀਰ ਨੇ ਜ਼ੀਰੋ ਡ੍ਰਿਲ ਨਾਲ ਬੀਜੀ ਸੀ ਤੇ ਤਿੰਨ ਕਿਸਾਨ ਵੀਰਾਂ ਨੇ ਬੀਜੀ ਸੀ ਚੰਗੀ ਤਰ੍ਹਾਂ ਬਾਸ ਮਾਰ ਕੇ ਖੇਤ ਤਾਂ ਬਹੁਤ ਵਧੀਆ ਸੇਵਾ ਕੀਤੀ ਦੋ ਸੜਕਾਂ ਸੀ ਜਿਹੜੇ ਉਲੀ ਨਾਸਕ ਦੇ ਕੀਤੇ ਇੱਕ ਵੀਰ ਨੇ ਤੇ ਬਾਕੀ ਤਾਂ ਨਕਸਾਨ ਵਿਰਾਨੀ ਕੀਤਾ ਸੀਗਾ ਇੱਕ ਇੱਕ ਸੜਕਾ ਤੇ ਹੋਰ ਬਹੁਤ ਚੰਗੇ ਤਰੀਕੇ ਦੇ ਨਾਲ ਜਿਨੂੰ ਕਿ ਆਪਾਂ ਬੀਜ ਤੇ ਤਿਆਰ ਕਰਨ ਵਾਸਤੇ ਜਿਵੇਂ ਆਪਾਂ ਆਪ ਖੇਤ ਤਿਆਰ ਕਰਦੇ ਹਾਂਗੇ ਇਹ ਜਿਵੇਂ ਕਿ ਮੰਨ ਕੇ ਚੱਲੋ ਆਪਾਂ ਨੂੰ ਪਤਾ ਹੁੰਦਾ ਕਿ ਕਿ ਕਿੱਕੜ ਐਸ ਦੇ ਵਿੱਚੋਂ ਆਪਾਂ ਨੇ ਬੀਜ ਰੱਖਣਾ ਤਾਂ ਆਪਾਂ ਉਹਨੂੰ ਇੱਕ ਵੱਖਰੇ ਤਰੀਕੇ ਨਾਲ ਵੀ ਟ੍ਰੀਟ ਕਰਦੇ ਹਾਂ ਕਿ ਅਗਲੇ ਸਾਲ ਵਾਸਤੇ ਬੀਜ ਰੈਡੀ ਹੋ ਜੇ ਉਹਨਾਂ ਵੀਰਾਂ ਨੇ ਵੀ ਉਹੀ ਕੀਤਾ ਪਰ ਉਹਨਾਂ ਦੇ ਬਰਾबरी ਸਿੱਧੇ ਢੰਗ ਨਾਲ ਬਜਾਈ ਕਰਕੇ 187 ਡੀਬੀਡਬਲ ਤੇ 222 ਲੱਗੀਆਂ ਹੁੰਨ ਸੀ ਤੇ ਜਦੋਂ ਕਟਾਈ ਕੀਤੀ ਭਾਵੇਂ ਕਿ ਰਕਬਾ ਥੋੜਾ ਸੀ 2 ਕਨਾਲਾਂ 3 ਕਨਾਲਾਂ 4 ਕਨਾਲਾਂ ਤੱਕ ਵੀਜਿਆ ਹੋਇਆ ਰਕਬਾ ਸੀ ਤੇ ਜਦੋਂ ਕਟਾਈ ਕੀਤੀ ਪਰ ਇਕੜ ਦੇ ਮੁਤਾਬਕ ਝਾੜ ਕੱਢਿਆ ਤਾਂ ਉਹਦਾ ਝਾੜ ਸੀ ਜਿਹੜਾ ਉਹ ਲਗਭਗ ਉਹਨਾਂ ਦੇ ਹਿਰਦ گردੀ ਆਇਆ ਕਹਿਣ ਦਾ ਭਾਵ ਉਹਦੋਂ ਅੱਗੇ ਇੱਕ ਸਟੈਪ ਨਹੀਂ ਗਿਆ ਇੱਕ ਵੀਰ ਤਾਂ ਉਹਦੋਂ ਘਟਿਆ ਜ਼ਰੂਰ ਸੀ ਤਾਂ ਫਿਰ ਇਹ ਚੀਜ਼ ਤੋਂ ਆਪਾਂ ਨੂੰ ਸਮਝ ਹੀ ਜਾਣਾ ਚਾਹੀਦਾ ਕਿ ਹਰ ਇੱਕ ਬੀਜ ਆ ਜਿਹੜਾ ਉਹ ਜ਼ਰੂਰੀ ਨਹੀਂ ਹੁੰਦਾ ਕਿ ਝਾੜ ਵੱਧ ਦੇਵੇ ਬਹੁਤ ਸਾਰੇ ਬੀਜ ਨੇ ਜਿਹੜਾ ਨੂੰ ਆਪਾਂ ਪੁਰਾਣਿਆਂ ਨੂੰ ਨਾਲ ਹੀ ਲਈ ਚੱਲ ਰਹੇ ਆ ਆਪਾਂ 2855 ਲਾ ਰਹੇ ਆ ਅਚਰੀ 2855 ਕੱ ਪਰ ਸਾਰੇ iracial ਵਿੱਚ ਉਹ ਵੀ ਨਹੀਂ ਬੀਜਦੇ ਕਿਉਂਕਿ ਉਹਨਾਂ ਨੂੰ ਵੀ ਪ੍ਰੋਬਲਮ ਆਉਂਦੀ ਹੈ ਨਾ ਕਿਸੇ ਸਾਲ ਜ਼ਿਆਦਾ ਪ੍ਰੋਬਲਮ ਆ ਗਈ ਤਾਂ ਆਪਾਂ ਵੀ ਉਸ ਦਾ ਝਾੜ ਘਟ ਜੇ ਨਹੀਂ ਦੂਸਰੀਆਂ ਜਿਹੜੀਆਂ ਨਵੀਆਂ ਵੈਰੈਟੀ ਆਉਂਦੀਆਂ ਨੇ ਉਹਨੂੰ ਘਟਦੀ ਨਹੀਂ ਕਿਤੇ ਜਾ ਕੇ ਠੀਕ ਆ ਤੂੜੀ ਵਾਸਤੇ ਜ਼ਰੂਰ ਉਹ ਨਰਾਸ਼ ਹੋ ਜਾਂਦਾ ਬੰਦਾ ਜਦੋਂ ਤੂੜੀ ਘੱਟ ਬੰਦੀ ਉਹਦਾ ਹੈਡ ਘੱਟ ਹੁੰਦੀ ਹੈ ਤਾਂ 187 ਵਰਗਿਆਂ ਨੂੰ ਪੈਲ ਦਿੰਨੇ ਆਪਾਂ ਤੂੜੀ ਦੇ ਚੱਕਰ 'ਚ ਤਾਂ ਇਸੇ ਕਰਕੇ ਬੇਨਤੀ ਆ ਕਿ ਕਦੇ ਵੀ ਲਾਰੂ ਨਾ ਹੋਇਆ ਕਰੀ ਆਪਾਂ ਨਵੇਂ ਬੀਜਾਂ ਖਾਤਰ ਨਵੇਂ ਬੀਜ ਆਉਂਦੇ ਜਾਂਦੇ ਰਹਿਣਗੇ ਜ਼ਿਆਦਾ ਪਰੇਸ਼ਾਨ ਹੋ ਕੇ ਬੀਜ ਲੈਣ ਦੀ ਕਿਤੇ ਵੀ ਲੋੜ ਨਹੀਂ ਪੀਬੀਡਬਲ ਸਾਰੀ ਕਿਹੋ ਜੀ ਵੈਰਾਈਆਂ ਤੁਹਾਡੇ ਖੇਤਾਂ ਦੇ ਵਿੱਚ ਕਿਸ ਤਰੀਕੇ ਦੀ ਪਰਫਾਰਮੈਂਸ ਕਰ ਰਹੀ ਹੈ ਜੇਕਰ ਵਧੀਆ ਕਰ ਰਹੀ ਹੈ ਤਾਂ ਬੈਲੈਂਡ ਗੁੱਡਾ ਜੇਕਰ ਨਹੀਂ ਵਧੀਆ ਕਰ ਰਹੀ ਤਾਂ ਜਰੂਰ ਕਮੈਂਟਾਂ ਦੇ ਵਿੱਚ ਸ਼ੇਅਰ ਜਰੂਰ ਕਰਿਓ ਕਿ ਕਿਸ ਤਰੀਕੇ ਦੀ ਤੁਹਾਡੀ ਵੈਰਾਈ ਤੁਹਾਨੂੰ ਲੱਗਦੀ ਹੈ ਕਿ ਜਦ ਝੜ ਵਧੀਆ ਦੇਊਗੀ ਜਾਂ ਨਾ ਕਿਉਂਕਿ ਬਹੁਤ ਸਾਰੇ ਕਿਸਾਨ ਵੀ ਰਹਿੰਦਿਆਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਜਾ ਰਹੇ ਨੇ ਕਿ ਉਹਨਾਂ ਦੀ ਕਣਕਾਂ ਜਿਹੜੀ ਉਹਨਾਂ ਨੂੰ ਬਿਮਾਰੀਆਂ ਪੈਣੀਆਂ ਸ਼ੁਰੂ ਹੋ ਗਈਆਂ ਉਹਨਾਂ ਦੇ ਬੀਜ ਖਰੀਦਣ ਦਾ ਕੀ ਸੋਰਸ ਸੀ ਯੂਨੀਵਰਸਿਟੀ ਤੋਂ ਬੀਜ ਲੈਂਦਾ ਪ੍ਰਾਈਵੇਟ ਡੀਲਰਾਂ ਤੋਂ ਲੈਂਦਾ ਕਿਉਂਕਿ ਆਪਾਂ ਨੂੰ ਵੀ ਪਤਾ ਕਿ ਜਿਹੜੇ ਬੀਜ ਦੀ ਮਾਰਾ ਮਾਰੀ ਹੋਵੇ ਉਸ ਬੀਜ ਦੀ ਆਪਾਂ ਕਹਿੰਦੇ ਮੰਡੀ ਦੇ ਵਿੱਚ ਮਾਰਕੀਟ ਦੇ ਵਿੱਚ ਉਸ ਬੀਜ ਦੀ ਕਾਪੀ ਆਉਣੀ ਉਸ ਬੀਜ ਦੀ ਜਗ੍ਹਾ ਤੇ ਗਲਤ ਬੀਜ ਵੇਕਣਾ 100% ਪੱਕਾ ਹੀ ਹੁੰਦਾ ਹੈਗਾ ਸੋ ਇੰਨਾਂ ਚੀਜ਼ਾਂ ਤੋਂ ਬਚਣ ਵਾਸਤੇ ਆਪਾਂ ਪਹਿਲੇ ਦੀ ਜਗ੍ਹਾ ਤੇ ਤੀਸਰੇ ਸਾਲ ਜਾ ਕੇ ਬੀਜ ਬੀਜ ਲਿਆ ਕਰੀਏ ਸਾਨੂੰ ਵੀਰੋ ਕਿਉਂਕਿ ਇੱਕ ਹੋਰ ਨੋਟ ਕਰ ਲਓ ਗੱਲ ਜਿਹੜਾ ਬੀਜ ਪਹਿਲੇ ਸਾਲ ਨਵਾਂ ਆਇਆ ਜੇਕਰ ਉਹ ਤੁਹਾਨੂੰ ਤੁਹਾਡੇ ਖੇਤ ਜਿੰਨੀ ਦੂਸਰੇ ਉਹੀ ਖੇਤ ਦੇ ਵਿੱਚ ਦੂਸਰੇ ਬੀਜ ਜਿੰਨੀ ਪੁਰਾਣੇ ਜਿੰਨਾ ਛਾੜ ਦਿੰਦਾ ਤਾਂ ਉਹ ਕਦੇ ਵੀ ਨਹੀਂ ਤੁਹਾਨੂੰ ਅੱਗੇ ਵੱਧ ਕੇ ਛਾ ਇਹ ਚੀਜ਼ਾਂ ਨੂੰ ਨੋਟ ਕਰ ਲਿਆ ਕਰੋ ਤੇ ਜਿਆਦਾ ਮਾਰਕੀਟ ਦੇ ਵਿੱਚ ਬਲੈਕਮੇਲ ਹੋਣ ਦੀ ਕੋਈ ਲੋੜ ਨਹੀਂ ਪੈਂਦੀ। ਸੋ ਬੀਜ ਸਾਰੇ ਚੰਗੇ ਨੇ। ਜਦੋਂ ਆਪਾਂ ਨੂੰ ਗਲਤ ਬੀਜ ਮਿਲ ਜਾਂਦਾਗਾ ਉਹ ਆਪਣੇ ਵਾਸਤੇ ਬਹੁਤ ਸਾਰੇ ਨਵੇਂ ਬੀਜ ਵੀ ਮਾਰੇ ਹੋ ਜਾਂਦੇ ਤੇ ਪੁਰਾਣੇ ਵੀ ਮਾਰੇ ਹੋ ਜਾਂਦੇ। ਸੋ ਬੀਜ ਆਪਣੇ ਲਵੇ ਆਪਣੇ ਗੁਮਾਂਡੀ ਦੇ ਆਪਣੇ ਖੇਤ ਦੇ ਵਿੱਚੋਂ ਆਪਣੇ ਵੀ ਆਪ ਪਹਿਲਾਂ ਕਰਨ ਦੀ ਕੋਸ਼ਿਸ਼ ਕਰੀਏ। ਜਿਆਦਾ ਬਾਜ਼ਾਰ ਤੇ ਡਿਪੈਂਡੈਂਟ ਹੋਈਏ। ਜਿਹੜੇ ਬੀਜ ਆਮ ਐਵਰੇਜ ਦੇ ਵਿੱਚ ਚੱਲ ਰਹੇ ਨੇ ਉਹੀ ਬੀਜ ਬੀਜ ਲਗਰਿਏ। ਐਨਪੀਕੇ ਤੇ ਸੇਵਾ ਤੇ ਜ਼ੋਰ ਦੇਦਿਆ ਕਰੀਏ। ਆਪਾਂ ਉਹਦੇ ਨਾਲ ਹੀ ਝਾੜ ਵਧਦਾ। ਇਧਰੋਂ ਖਰਚਾ ਕਰ ਲਿਆ ਕਰੋ ਉਧਰੋਂ ਖਰਚਾ ਨਵੇਂ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ